जी सत श्री अकाल जी सारिआं नूं वधिया फार्म यूट्यूब चैनल ते तुहाडा स्वागत है जी। दोस्तों अज आपां फिर पहुंचे हाँ जी जोली डेयरी फार्म अमृतसर। दोस्तों ये फतेहगढ़ चूड़ियां रोड ते पैंदा है जी। अज दोस्तों तुहानूं बहुत ही सोहनी बहुत ही टॉप क्लास ब्रीडिड जर्सी काउ दिखावांगे जी। आ देख सकते दोस्तों तुसीं पंजाब दी जर्सी है जी। आ देखो जी देख सकते दोस्तों और दोस्तों हुण आपां जोली जी होना ना गलबात करांगे ते उन्हां तों इहदी डिटेल पुछांगे जी कि इहदा मिलक रिकॉर्ड आ। हाँ जी सत श्री अकाल जी। सत श्री अकाल जी जी आयां नूं जी बहुत बहुत धन्यवाद जी। अपना नाम बोल दिओ जी एक करी। ਹਾਂਜੀ ਮੇਰਾ ਨਾਮ ਅੰਕੁਸ਼ ਹੈਗਾ ਜੀ ਤੇ ਆਪਣਾ ਜੋਲੀ ਡੇਰੀ ਫਾਰਮ ਹੈਗਾ ਜੀ ਫਤਿਹਗੜ੍ਹ ਚੂੜੀਆ ਰੋਡ ਤੇ ਸੋਈਆਂ ਅਗਲਾ। ਠੀਕ ਹੈ ਜੀ। ਤੇ ਆਪਣਾ ਮੋਬਾਈਲ ਨੰਬਰ ਹੈਗਾ 98152258000। ਇੱਕ ਵਾਰੀ ਫੇਰ ਬੋਲ ਦਿਓ ਜੀ 98152258000। ਠੀਕ ਹੈ ਜੀ। ਹਾਂਜੀ ਅੱਜ ਕੀ ਫਿਰ ਦਿਖਾ ਰਹੇ ਜੀ? ਅੱਜ ਭਾਜੀ ਜਰਸੀ ਦੀ ਬਹੁਤ ਡਿਮਾਂਡ ਰਹਿੰਦੀ ਹੈ। ਹਾਂਜੀ ਤੇ ਪਿਓਰ 100% ਪਿਓਰ ਜਿਹੜੀ ਹੈਗੀ ਹੈ ਤੁਹਾਡੇ ਵਾਸਤੇ ਜਰਸੀ ਲੈ ਕੇ ਆਏ ਹਾਂ। ਠੀਕ ਹੈ ਜੀ। ਜਿਹੜੀ ਪਹਿਲੇ ਸੂਏ ਜਰਸੀ ਹੈਗੀ ਹੈ ਲੱਤਾਂ ਤੋਂ ਵੀ ਮਜ਼ਬੂਤ ਆ ਹਰ ਇੱਕ ਚੀਜ਼ ਤੋਂ ਕੁਆਲਿਟੀ ਵਾਈਜ਼ ਬਹੁਤ ਸੋਹਣੀ ਹੈਗੀ ਹੈ। ਹਾਂਜੀ ਦੇਖ ਸਕਦੇ ਜਰਸੀ ਦੀ ਕੁਆਲਿਟੀ ਇੱਕਦਮ ਪਤਲੀ ਚਮੜੀ ਦੀ ਜਰਸੀ ਹੈਗੀ ਹੈ। ਠੀਕ ਹੈ ਜੀ। ਹਾਂਜੀ ਤੇ ਸੋਹਣਾ ਥਨ ਲੱਗਾ ਲੇਵਾ ਬਹੁਤ ਸੋਹਣਾ ਬਣਾਉਂਦੀ ਹੈ ਜੇ 25 ਦਿਨ ਲੈਂਦੀ ਹੈ ਸੂਣ ਨੂੰ। ਕਿੰਨਵੇਂ ਸੂਏ ਸੋਹਣਾ ਇਹਨੇ? ਪਹਿਲਾਂ ਨੂੰ ਸੋਹਣਾ ਹੈ ਜੀ। ਅੱਛਾ ਜੇ ਪਹਿਲੇ ਹੀ ਸੋਹਣਾ ਮਤਲਬ ਸੋਹਣਾ ਹੈ ਜੇ ਤੇ ਇਹਦੀ ਮਾਂ ਦਾ ਜਿਹੜਾ ਰਿਕਾਰਡ ਆ 33-34 ਕਿਲੋ ਦਾ ਰਿਕਾਰਡ ਰਿਹਾ। 33-34 ਕਿਲੋ ਇਹਦਾ ਮਦਰ ਰਿਕਾਰਡ ਰਿਹਾ। ਹਾਂਜੀ ਹਾਂਜੀ ਬਹੁਤ ਹੀ ਚੰਗੇ ਫਾਰਮ ਤੋਂ ਆਈ ਹੈ। ਫਾਰਮ ਦੀ ਹੈਗੀ ਹੈਗੀ ਜੇ ਠੀਕ ਹੈ ਤੇ ਜਿਹੜੀ ਆਪ ਹੈਗੀ ਵੋਲਕੈਨ ਉਹਦੀ ਹੈਗੀ ਹੈ। ਹਾਂਜੀ ਅੱਗੇ ਇਹਨੂੰ ABS ਦਾ ਜ਼ਿਗ ਦਾ ਸੀਮਨ ਲੱਗਾ ਹੋਇਆ ਜੀ। ਠੀਕ ਹੈ ਜੀ। ਹਾਂਜੀ ਸੈਕਸ਼ਨ ਸੀਮਨ ਲੱਗਾ ਹੈ। ਇਹ ਆਪਣੇ ਪੰਜਾਬ ਦੀ ਹੈਗੀ ਜਰਸੀ ਜੀ? ਬਿਲਕੁਲ ਪੰਜਾਬ ਦੀ ਹੈ ਜੀ। ਮੈਂ ਤੁਹਾਨੂੰ ਵਿਖਾਉਣਾ ਵੀ ਚਾਹੁੰਦਾ ਤੁਸੀਂ ਵੇਖ ਸਕਦੇ ਹੋ ਜਿਹੜੀ ਹਿਮਾਚਲ ਦੀ ਜਰਸੀ ਹੁੰਦੀ ਹੈ। ਹਾਂਜੀ ਉਹਦਾ ਮੂੰਹ ਹਮੇਸ਼ਾ ਮੋਟਾ ਜਿਹਾ ਹੁੰਦਾ। ਹਾਂਜੀ ਹਾਂਜੀ ਅੱਖਾਂ ਜਿਹੜੀਆਂ ਬਾਹਰ ਨੂੰ ਡੱਡੂ ਵਾਂਗੂ ਬਾਹਰ ਜੀ ਨਿਕਲੀਆਂ ਹੁੰਦੀਆਂ। ਹਾਂਜੀ ਹਾਂਜੀ ਤੇ ਤੁਸੀਂ ਵੇਖ ਸਕਦੇ ਜੀ ਕੁਆਲਿਟੀ ਵਾਈਜ਼ ਜੇ ਜਰਸੀ ਹਮੇਸ਼ਾ ਉਹੀ ਹੋ ਲੈਣੀ ਚਾਹੀਦੀ ਜਿਹਦਾ ਫੇਸ ਬਿਊਟੀ ਤਾਂ ਬਲੈਕਿਸ਼ ਹੋਣੀ ਚਾਹੀਦੀ ਹੈ ਕਾਲੇ ਰੰਗ ਦੇ ਵਿੱਚ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਕਦੀ ਵੀ ਪੂਰੀ ਲਾਲ ਵੀ ਜਿਹੜੀ ਹੋਏਗੀ ਨਾ ਤਕਰੀਬਨ ਜਿਹੜੀ ਪਹਾੜੀ ਹੁੰਦੀ ਜਰਸੀ ਉਹ ਲਾਲ ਲਾਲਗੀ ਜੇ ਜ਼ਿਆਦਾ ਤਾਂ ਗੂੜਾ ਲਾਲ ਰੰਗ ਹੁੰਦਾ। ਠੀਕ ਹੈ ਜੀ। ਤੇ ਮੂੰਹ ਭਾਰਾ ਹੁੰਦਾ ਉਹਦਾ ਤੇ ਅੱਖਾਂ ਬਿਲਕੁਲ ਬਾਹਰ ਆਈਆਂ ਹੁੰਦੀਆਂ। ਹਾਂਜੀ ਹਾਂਜੀ ਤੇ ਤੁਸੀਂ ਜਰਸੀ ਵੇਖਦੇ ਪੈਰਾਂ ਤੋਂ ਵੇਖੋ ਉਹ ਵਾਲੀ ਜਿਹੜੀ ਜਰਸੀ ਹੁੰਦੀ ਹੈ ਪੈਰਾਂ ਤੋਂ ਇੱਕਦਮ ਪਤਲੇ ਪਤਲੇ ਪੈਰ ਹੁੰਦੇ ਤੇ ਪੈਰ ਵੇਖੋ ਇੱਕਦਮ ਮਜ਼ਬੂਤ ਹੈ। ਹਾਂਜੀ ਇਹਨੂੰ 4-5 ਸੂਏ ਕੱਖ ਵੀ ਨਹੀਂ ਨਾ ਇੱਦਾਂ ਦਾ ਇੱਦਾਂ ਹੀ ਐਜ ਇਟ ਇਜ਼ ਹੀ ਰਹੇਗੀ। ਠੀਕ ਹੈ ਜੀ। ਹਾਂਜੀ ਬਹੁਤ ਹੀ ਸ਼ਾਨਦਾਰ ਜਰਸੀ ਹੈਗੀ ਹੈ। ਇੱਕ ਵਾਰੀ ਤੋਰ ਕੇ ਦਿਖਾ ਦਿਓ ਜੀ। ਤੋਰ ਕੇ ਵਿਖਾਇਓ। ਆਹ ਦੇਖੋ ਜੀ ਦੋਸਤੋ ਪਹਿਲੇ ਸੂਏ ਹੱਲੇ ਸੋਹਣਾ ਹੈ ਤੇ ਤਕਰੀਬਨ 1 ਮਹੀਨੇ ਦੀ ਕੱਚੀ ਹੈ। ਦੇਖ ਸਕਦੇ ਬਿਲਕੁਲ ਟੌਪ ਕਲਾਸ ਫਸਟ ਟਾਈਮਰ ਜਰਸੀ ਮਦਰ ਰਿਕਾਰਡ ਤੁਸੀਂ ਤਾਂ ਦੋਸਤੋ ਮਦਰ ਰਿਕਾਰਡ 34 ਕਿਲੋ ਦਾ ਰਿਹਾ ਆ ਜੀ। ਆਹ ਦੇਖ ਸਕਦੇ ਦੋਸਤੋ ਆਹ ਹੁਣ ਪੁੱਛਦੇ ਉਹਨਾਂ ਤੋਂ ਕੀ ਡਿਮਾਂਡ ਕਰਦੇ ਆ ਜੀ ਇਹਦੀ। ਦੇਖੋ ਕੱਦ ਐਡਾ ਬਹੁਤ ਘੱਟ ਮਿਲਦਾ ਜਰਸੀ ਦਾ। ਹਾਂਜੀ ਹਾਂਜੀ ਦੇ ਵਿੱਚ ਵੀ ਬਹੁਤ ਚੰਗੀ ਹੈਗੀ ਜੇ। ਠੀਕ ਹੈ ਜੀ। ਇਹਦਾ ਰੇਟ ਹੈ ਭਾਵੇਂ ਦਾ 1 ਲੱਖ ਕਰਾ ਲਓ ਭਾਵੇਂ 1,10,000 ਰੁਪਇਆ ਕਰਾ ਲਓ ਹਾਂਜੀ ਪਰ ਜਿਹੜੀ ਹਾਂ ਜਾਂ ਨਾ ਅਸੀਂ 85,000 ਰੁਪਏ ਦੀ ਦੇਣੀ ਹੈ ਜੀ। ਠੀਕ ਹੈ ਜੀ 85,000 ਫਿਕਸ ਰੇਟ ਹੈ ਆਪਣਾ ਇਹ 'ਚ ਬਾਰਗਨਿੰਗ ਵਾਲਾ ਕੰਮ ਨਹੀਂ ਹੈਗਾ। ਠੀਕ ਹੈ ਜੀ ਤੇ ਕੀ ਉਮੀਦ ਕਰਦੇ ਕਿ ਫਸਟ ਟਾਈਮਰ ਕਿੰਨਾ ਮੈਂ ਸੂਏ ਆਰਾਮ ਨਾਲ ਇਹਨੇ 25-26 ਕਿਲੋ ਦੁੱਧ ਦੇਣਾ ਜੀ। ਠੀਕ ਹੈ ਜੀ। ਹਾਂਜੀ ਤੇ ਥਨ ਵੇਖੋ ਗਿੱਠ ਗਿੱਠ ਤੇ ਥਨ ਆਏਗਾ ਜਿਹੜੀ ਗੈਪ ਹੈਗੀ ਥਣਾ ਦੀ ਗਿੱਠ ਗਿੱਠ ਤੇ ਆਏਗੀ ਬਹੁਤ ਹੀ ਲਾਜਵਾਬ ਅੱਗੇ ਪਿੱਛੇ ਪੂਰਾ ਫਿਕਸ ਆਰਡਰ ਬਣਾਉਗੀ। ਇਹ ਨਹੀਂ ਕਿ ਤਕਰੀਬਨ ਜਰਸੀਆਂ ਦਾ ਲਟਕਿਆ ਆਰਡਰ ਹੁੰਦਾ ਇਹਦਾ ਇੱਕਦਮ ਫਿਕਸ ਆਰਡਰ ਹੋਏਗਾ ਜੀ। ਠੀਕ ਹੈ ਜੀ। ਹਾਂਜੀ ਤੇ ਸਿਰਫ ਲੈਣ ਵਾਲੇ ਫੋਨ ਕਰਨ ਤੇ ਜਿਹੜੇ ਟਾਈਮ ਪਾਸ ਵਾਲੇ ਉਹ ਫੋਨ ਨਾ ਕਰਨ ਜਿਹੜੇ ਸੀਰੀਅਸ ਬਾਇਰ ਆ ਉਹ ਹੀ ਫੋਨ ਕਰਨ। ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ। ਆ ਦੇਖ ਸਕਦੇ ਦੋਸਤੋ ਇੱਕ ਵਾਰੀ ਫਿਰ ਤੋਂ ਜੋਲੀ ਜੀ ਹੁਣਾਂ ਨੇ ਆਪਾਂ ਨੂੰ ਬਹੁਤ ਸਹੀ ਗੱਲਾਂ ਦੱਸੀਆਂ ਕਿ ਆਪਾਂ ਰੀਜਨਲ ਜਰਸੀ ਪੰਜਾਬ ਦੀ ਜਰਸੀ ਅਤੇ ਪਹਾੜੀ ਜਰਸੀ 'ਚ ਕੀ ਕੀ ਅੰਤਰ ਦੇਖ ਕੇ ਆਪਾਂ ਜਰਸੀ ਖਰੀਦ ਸਕਦੇ ਹਾਂ। ਆ ਦੇਖੋ ਦੋਸਤੋ ਤਿਆਰ ਹੁੰਦੇ ਆ ਜਰਸੀ 1,00,000 ਰੁਪਏ ਦੀ ਵੀ ਮਿਲਦੀ ਹੈ ਜੀ। ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।